ਇੱਕ ਅਹਿਮ ਖਬਰ ਜਲਿਆਂਵਾਲੇ ਬਾਗ ਦੇ ਨਾਲ ਸੰਬੰਧਿਤ ਹੈ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ ਜੋ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਇ ਮੰਨਿਆ ਜਾਂਦਾ ਹੈ ਜਲਿਆਂਵਾਲਾ ਬਾਗ ਉਸ ਦਾ ਮੁੜ ਨਵੀਨੀਕਰਨ ਕੀਤਾ ਗਿਆ ਪਰ ਇਹ ਨਵੀਨੀਕਰਨ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਜਲਿਆਂਵਾਲੇ ਬਾਗ ਦੇ ਵਿੱਚ 102 ਸਾਲ ਪਹਿਲਾਂ 1000 ਤੋਂ ਵੀ ਵੱਧ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ ਜ਼ਿਆਦਾਤਰ ਆਲੋਚਨਾ ਜੱਲਿਆਂ ਵਾਲੇ ਬਾਗ ਦੇ ਉਸ ਗਲਿਆਰੇ ਬਾਰੇ ਆ ਰਹੀ ਹੈ ਜਿਸ ਨੂੰ ਬਦਲਿਆ ਗਿਆ ਹੈ ਇਹਨਾਂ ਗਲਿਆਰਿਆਂ ਦੇ ਵਿੱਚ ਜਨਰਲ ਡਾਇਰ ਆਪਣੇ ਆਦਮੀਆਂ ਦੀ ਅਗਵਾਈ ਕਰਦੇ ਹੋਏ ਉਹਨਾਂ ਪੁਰਸ਼ਾਂ ਤੇ ਔਰਤਾਂ ਤੇ ਗੋਲੀ ਚਲਾਉਣ ਦਾ ਹੁਕਮ ਦੇ ਰਹੇ ਨੇ ਜੋ ਸ਼ਾਂਤੀਪੂਰਵਕ ਉੱਥੇ ਬੈਂਚਾਂ ਤੇ ਬੈਠੇ ਹੋਏ ਸੀ ਲੰਘੇ ਸ਼ਨੀਵਾਰ ਨਵੀਨੀਕਰਨ ਮੌਕੇ ਜਦੋਂ ਮੁੜ ਜੱਲਿਆਂ ਵਾਲੇ ਬਾਗ ਨੂੰ ਖੋਲਿਆ ਜਾਣਾ ਸੀ ਤਾਂ ਉਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਕੀਤਾ ਵਰਚੂਅਲੀ ਉਦਘਾਟਨ ਕੀਤਾ ਗਿਆ ਪਰ ਲੋਕ ਇਲਜ਼ਾਮ ਲਾ ਰਹੇ ਨੇ ਕਿ ਜੱਲਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਨਾਮ ਤੇ ਸਰਕਾਰ ਇਥੋਂ ਦੇ ਇਤਿਹਾਸ ਨੂੰ ਖਤਮ ਕਰਨ ਜਾ ਰਹੀ ਹੈ ਇਥੋਂ ਦੇ ਇਤਿਹਾਸ ਨੂੰ ਬਰਬਾਦ ਕਰਨ ਦਾ ਦੋਸ਼ ਲੋਕ ਲਾ ਰਹੇ ਨੇ ਇਸੇ ਦਰਮਿਆਨ ਕਾਂਗਰਸ ਦੇ ਜਿਹੜੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਉਹਨਾਂ ਨੇ ਵੀ ਜੱਲਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਦੀ ਆਲੋਚਨਾ ਕੀਤੀ ਹੈ ਰਾਹੁਲ ਗਾਂਧੀ ਨੇ ਇਸ ਨੂੰ ਸ਼ਹੀਦਾਂ ਦਾ અપਮਾਨ ਦੱਸਿਆ ਤੇ ਕਿਹਾ ਕਿ ਅਜਿਹਾ અપਮਾਨ ਉਹੀ ਕਰ ਸਕਦੇ ਨੇ ਜੋ ਸ਼ਹਾਦਤ ਦਾ ਅਰਥ ਅਤੇ ਸ਼ਹਾਦਤ ਦੀ ਮਹਾਨਤਾ ਨੂੰ ਨਹੀਂ ਜਾਣਦੇ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਮੈਂ ਸ਼ਹੀਦ ਦਾ ਪੁੱਤ ਹਾਂ ਸ਼ਹੀਦਾਂ ਦਾ અપਮਾਨ ਸਹਿਣ ਨਹੀਂ ਕੀਤਾ ਜਾਊਗਾ ਸਰਕਾਰ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੀ ਹੈ ਜਾਨਕਿ ਰਾਹੁਲ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਨੂੰ ਸ਼ਹੀਦ ਮੰਨਿਆ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਤੇ ਨਵੀਨੀਕਰਨ ਦੇ ਨਾਮ ਤੇ ਇਤਿਹਾਸ ਨੂੰ ਤਬਾਹ ਕਰਨ ਦਾ ਦੋਸ਼ ਲਾਇਆ ਇਹ ਵੀ ਕਿਹਾ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਹੀ ਘੱਟ ਮਹਿਸੂਸ ਕਰਦੇ ਨੇ ਇਤਿਹਾਸਕਾਰ ਐਸ ਇਰਫਾਨ ਹਬੀਬ ਨੇ ਜੋਏ ਦਾਸ ਦੇ ਟਵੀਟ ਨੂੰ ਰੀਟਵੀਟ ਕੀਤਾ ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਾਂ ਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ ਐਂਟਰੀ ਦਰਵਾਜ਼ਾ ਹੈ ਜਿੱਥੋਂ ਜਨਰਲ ਡਾਇਰ ਕਤਲਿਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ ਇਹ ਮੈਨੂੰ ਉਸ ਭਿਆਨਕ ਦਿਨ ਦੀ ਯਾਦ ਦਿਵਾਉਂਦਾ ਹੈ ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਵੱਲੋਂ ਸੁਰੱਖਿਆ ਦੇ ਨਾਂ ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ ਦੇਖੋ ਇਹ ਕਿਵੇਂ ਦਿਖਾਈ ਦਿੰਦਾ ਹੈ ਇਸ ਤੇ ਐਸ ਇਰਫਾਨ ਹਬੀਬ ਨੇ ਲਿਖਿਆ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾ ਵਿਰਾਸਤ ਦੀ ਸੰਭਾਲ ਕਰੋ ਨਵੀਨੀ ਕਰਨ ਦੇ ਨਾਮ ਤੇ ਵਿਰਾਸਤ ਦੀ ਅਸਲ ਮਹੱਤਤਾ ਨੂੰ ਖਤਮ ਹੁੰਦੇ ਨਹੀਂ ਦੇਖਣਾ ਚਾਹੀਦਾ ਇਤਿਹਾਸਕਾਰ ਕਿਮ ਏ ਵੈਗਨਰ ਨੇ ਵੀ ਇਸ ਮਾਮਲੇ ਤੇ ਟਵੀਟ ਕੀਤਾ ਹੈ ਕਹਿੰਦੇ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਹੈ ਕਿ 1919 ਦੇ ਅੰਮ੍ਰਿਤਸਰ ਕਤਲੇਆਮ ਵਾਲੀ ਥਾਂ ਜੱਲਿਆਂਵਾਲਾ ਬਾਗ ਨੂੰ ਨਵਾਂ ਰੂਪ ਦਿੱਤਾ ਗਿਆ ਇਹਦਾ ਸਪਸ਼ਟ ਮਤਲਬ ਹੈ ਕਿ ਘਟਨਾ ਦੇ ਆਖਰੀ ਨਿਸ਼ਾਨ ਵੀ ਮਿਟਾ ਦਿੱਤੇ ਗਏ ਨੇ ਇਹੀ ਹੈ ਜੋ ਮੈਂ ਆਪਣੀ ਕਿਤਾਬ ਵਿੱਚ ਸਮਾਰਕ ਬਾਰੇ ਲਿਖਿਆ ਹੈ ਜੋ ਅਜਿਹੀ ਜਗ੍ਹਾ ਦਾ ਵਰਣਨ ਕਰਦੀ ਹੈ ਜੋ ਹੁਣ ਖੁਦ ਇਤਿਹਾਸ ਬਣ ਗਈ ਹੈ ਸੀਪੀਐਮ ਨੇਤਾ ਸਿਤਰਮ ਯਾਚਰੀ ਨੇ ਵੀ ਇਸ ਮਾਮਲੇ ਤੇ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਸਿਰਫ ਉਹ ਲੋਕ ਜੋ ਆਜ਼ਾਦੀ ਦੇ ਸੰਗਰਾਮ ਤੋਂ ਦੂਰ ਰਹੇ ਸਿਰਫ ਉਹ ਹੀ ਅਜਿਹੇ ਕਾਂਡ ਕਰ ਸਕਦੇ ਨੇ ਪੰਜਾਬ ਦੇ ਵਿੱਚ ਵੀ ਲੋਕ ਲਗਾਤਾਰ ਵਿਰੋਧ ਕਰ ਰਹੇ ਨੇ ਜਿਹੜੇ ਦੇਖਣ ਜਾ ਰਹੇ ਨੇ ਉਹਨਾਂ ਨੂੰ ਇਹ ਬੜਾ ਚੱਕਾ ਚੌਂਦ ਭਰਿਆ ਲੱਗ ਰਿਹਾ ਹੈ ਹੁਣ ਤੱਕ ਜਿਹੜੇ ਵੀ ਲੋਕਾਂ ਨੇ ਜ਼ਿਆਦਾਤਰ ਜਿਹੜੇ ਪੰਜਾਬ 'ਚ ਰਹਿੰਦੇ ਨੇ ਉਹਨਾਂ ਨੇ ਜੱਲਿਆਂਵਾਲਾ ਬਾਗ ਦੇਖਿਆ ਹੀ ਹੋਵੇਗਾ ਉਹਦੇ ਵਿੱਚ ਕੋਈ ਨਵੀਨੀਕਰਨ ਦੀ ਲੋੜ ਨਹੀਂ ਦਿਖਾਈ ਦਿੰਦੀ ਸੀ ਕਿਉਂਕਿ ਸਭ ਕੁਝ ਉੱਥੇ ਸਾਂਭਿਆ ਹੋਇਆ ਸੀ ਗੋਲੀਆਂ ਦੇ ਨਿਸ਼ਾਨ ਜਾਂ ਫਿਰ ਉਹ ਖੂਹ ਜਿਸ ਦੇ ਵਿੱਚ ਬੇਦੋਸ਼ੇ ਲੋਕ ਛਾਲਾ ਮਾਰ-ਮਾਰ ਕੇ ਖੁਦ ਮਰ ਗਏ ਸੀ ਉਹ ਖੂਨੀ ਖੂ ਹੈ ਜਿਹੜਾ ਉਸੇ ਤਰ੍ਹਾਂ ਉੱਥੇ ਮੌਜੂਦ ਹੈ ਤੇ ਜਿਹੜੀ ਹੁਣ ਗੈਲਰੀ ਹੈ ਜਿਹਦੇ ਵਿੱਚੋਂ ਅੰਦਰ ਐਂਟਰ ਹੋਣਾ ਉੱਥੇ ਇਸ ਚੱਕਾ ਚੌਂਦ ਦੇ ਨਾਲ ਜਿਹੜੀਆਂ ਮੂਰਤੀਆਂ ਲਾ ਦਿੱਤੀਆਂ ਗਈਆਂ ਨੇ ਦੇਖਣ ਨੂੰ ਸੱਚਮੁੱਚ ਬੜੀਆਂ ਅਜੀਬ ਤੇ ਅਟਪਟੀਆਂ ਲੱਗਦੀਆਂ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਇਹ ਸੋਹਣਾ ਲੱਗਦਾ ਹੈ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਰਾਤ ਨੂੰ ਜਦੋਂ ਇੱਥੇ ਜਿਹੜੀਆਂ ਰੰਗ-ਬਰੰਗੀਆਂ ਗੁਲਾਬੀ ਰੰਗ ਦੀਆਂ ਜਾਂ ਹੋਰ ਰੰਗਾਂ ਦੀਆਂ ਰੌਸ਼ਨੀਆਂ ਜਗਦੀਆਂ ਨੇ ਉਹਨਾਂ ਨੂੰ ਦੇਖ ਕੇ ਵੀ ਮਹਿਸੂਸ ਕਰਨਾ ਔਖਾ ਹੋ ਜਾਂਦਾ ਹੈ ਕਿ ਸ਼ਹੀਦਦੀਵਾਲਾ ਸਥਾਨ ਹੈ ਕਿਉਂਕਿ ਸ਼ਹਾਦਤਾਂ ਵਾਲੇ ਥਾਂ ਤੋਂ ਥੋੜਾ ਜਿਹਾ ਜਿਹੜਾ ਵਿਰਾਗਮਈ ਮਾਹੌਲ ਹੈ ਉਹ ਦਿਖਦਾ ਰਹੇ ਤਾਂ ਹੀ ਲੋਕਾਂ ਨੂੰ ਉਹ ਮਹਿਸੂਸ ਹੁੰਦਾ ਹੈ ਤੇ ਇਸੇ ਕਰਕੇ ਲੋਕ ਕਹਿ ਰਹੇ ਨੇ ਕਿ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਹੈ